ਜਨਰਲ ਕਮਰ ਜਵੇਦ ਬਾਜਵਾ ਸਾਹਿਬ ਚਲੇ ਗਏ ਤੇ ਜਾਂਦੇ ਜਾਂਦੇ ਫਰਮਾ ਗਏ ਨੇ ਕਿ ਅਬ ਸੇ ਮੈਂ ਗੁਮਨਾਮੀ ਕੀ ਜ਼ਿੰਦਗੀ گزارੂੰਗਾ ਤੇ ਇੰਨੀ ਬਦਨਾਮੀ ਤੋਂ ਬਾਅਦ ਜੇ ਬੰਦਾ ਗੁਮਨਾਮ ਹੋ ਹੀ ਜਾਵੇ ਤੇ ਬੜਾ ਨਸੀਬਾ ਵਾਲਾ ਹੀ ਹੋਏਗਾ ਤੇ ਬਾਜਵਾ ਸਾਹਿਬ ਵੈਸੇ ਵੀ ਨਸੀਬਾ ਵਾਲੇ ਨੇ ਕਿਉਂਕਿ ਆਪਣੀ ਨੌਕਰੀ ਵਿੱਚੋਂ ਜਾਇਦਾਦਾਂ ਵੀ ਬਣਾ ਕੇ ਲੈ ਗਏ ਨੇ ਇਹ ਜਾਇਦਾਦਾਂ ਉਹਨਾਂ ਨੇ ਫੌਜੀ ਕਾਨੂੰਨ ਦੇ ਮੁਤਾਬਕ ਬਣਾਈਆਂ ਨੇ ਤੇ ਜਿਹੜੀ ਬਿਸਤੀ ਕਰਾਈ ਏ ਉਹ ਸਾਰੀ ਉਹਨਾਂ ਦੀ ਆਪਣੀ ਮਿਹਨਤ ਹੈ ਮੇਰੇ ਖਾਲੇ ਇਹ ਬਸਤੀ ਉਹਨਾਂ ਨੂੰ ਤੁਰੀ ਸੀ ਮਸੂਸ ਵੀ ਹੋਈਏ ਕਿਉਂਕਿ ਜਾਂਦੇ ਜਾਂਦੇ ਕੌਮ ਦੇ ਨਾਲ ਉਹਨਾਂ ਨੇ ਗਿਲਾ ਕੀਤਾ ਵੀ ਪਾਕਿਸਤਾਨੀਓ ਹਿੰਦੁਸਤਾਨ ਵਾਲਿਆਂ ਵਲੋਂ ਵੇਖੋ ਉਹਨਾਂ ਦੀ ਫੌਜ ਉਹਨਾਂ ਦੇ ਲੋਕਾਂ ਤੇ ਬੜਾ ਜ਼ੁਲਮ ਕਰਦੀ ਏ ਲੇਕਿਨ ਉਹ ਫੇਰ ਵੀ ਫੌਜ ਦੇ ਨਾਲ ਖਲੋਤੇ ਨੇ ਕਿ ਤੁਸੀਂ ਪਾਕਿਸਤਾਨੀ ਸਾਡੀ ਕੁਰਬਾਨੀਆਂ ਦੀ ਕਦਰ ਹੀ ਨਹੀਂ ਕਰਦੇ ਤੇ ਐਵੇਂ ਮਿਹਣੇ ਮਾਰਦੇ ਰਹਿੰਦੇ ਹੋ ਮਤਲਬ ਹੈ ਕਿ ਤੁਹਾਡੇ ਮੂੰਹ ਕੁਝ ਜ਼ਿਆਦਾ ਹੀ ਖੁੱਲ ਗਏ ਨੇ ਨਾਲ ਇਹ ਵੀ فرمایا ਜੇ ਫੌਜ ਨਾਲ ਕੋਈ ਸ਼ਿਕਾਇਤ ਹੋਵੇ ਤੇ ਸ਼ਾਇਸ਼ਤਾ ਜ਼ੁਬਾਨ ਮੇਂ تنਕੀਦ ਕਰ ਲਿਆ ਕਰੇ ਮਤਲਬ ਅਸੀਂ ਤੁਹਾਨੂੰ ਜੁੱਤੀਆਂ ਵੀ ਮਾਰ ਦੇ ਰਹੀਏ ਤੁਸੀਂ ਰੋਣਾ ਨਹੀਂ ਰੋਲਾ ਨਹੀਂ ਪਾਣਾ ਬਸ ਸਾਡੇ ਨਾਲ ਆਪ ਜਨਾਬ ਕਰਕੇ ਹੀ ਗੱਲ ਕਰਿਆ ਕਰੋ ਤੇ ਜਿਲਦ ਕਰਦਾ ਹੈ ਤੇ ਪਿੱਛੇ ਥੋੜੀ ਥੋੜੀ ਮਿੱਠੀ ਮਿੱਠੀ ਟੋਲਕੀ ਬੁਝਾ ਲਿਆ ਕਰੋ ਹੱਥ ਬਨ ਕੇ ਤੇ ਬੜੀ ਸ਼ਾਇਸਤਾ ਜ਼ੁਬਾਨ ਨਾਲ ਜਨਰਲ ਬਾਜਵਾ ਸਾਹਿਬ ਨੂੰ ਯਾਦ ਕਰਾਣਾ ਹੈ ਕਿ ਜਿੰਨੀਆਂ ਮੁਹੱਬਤਾਂ ਇਸ ਕੌਮ ਨੇ ਆਪਣੇ ਫੌਜ ਤੇ ਆਪਣੇ ਜਰਨੈਲਾਂ ਨੂੰ ਦਿੱਤੀਆਂ ਨੇ ਉਹ ਕਾਟੀ ਕਿਸੇ ਕੌਮ ਨੇ ਦਿੱਤੀਆਂ ਹੋਣਗੀਆਂ ਹਿੰਦੁਸਤਾਨ ਵਿੱਚ ਕਿਸ ਨੂੰ ਪਤਾ ਵੀ ਨਹੀਂ ਹੋਣਾ ਕਿ ਉਹਨਾਂ ਦਾ ਜਨਰਲ ਬਾਜਵਾ ਕੌਣ ਹੈ ਇੱਥੇ ਹਰ ਕਾਰ ਵਿੱਚ ਹਰ ਗੱਲ ਵਿੱਚ ਤੇ ਅੱਜ ਕੱਲ ਹਰ ਗੱਲ ਵਿੱਚ ਤੁਹਾਡਾ ਨਾਮ ਮੌਜੂਦ ਹੁੰਦਾ ਹੈ। ਹਿੰਦੁਸਤਾਨ ਦੇ ਕਿਸੇ ਜਨੂਨ ਨੇ ਅਰਬਾਂ ਖਾਬ ਵੀ ਸੁਚਮੀ ਨਹੀਂ ਵੇਖਿਆ ਹੋਣਾ। ਨਾ ਉਥੇ ਕੋਈ ਡੈਟਾ ਹੋ ਕੇ ਮਰਬੇ ਲੈਂਦਾ ਹੈ। ਹਿੰਦੁਸਤਾਨ ਦੀ ਫੌਜ ਨੇ ਕਿੰਨੇ ਵਜ਼ੀਰ ਆਜ਼ਮਾਂ ਨੂੰ ਦੇਸ਼ ਨਕਾਲਾ ਦਿੱਤਾ ਹੈ। ਕਿੰਨੇ ਫਾਇਲ ਆਏ ਨੇ। ਹੁਣ ਤੇ ਤੁਹਾਡਾ ਵੀ ਬਾ ਮੁੰਡਾ Imran Khan ਵੀ ਖੋਲ ਕੇ ਕਹਿੰਦਾ ਹੈ ਵੀ ਉਹਦੀ ਲਾਤ ਵਿੱਚ ਗੋਲੀਆਂ ਤੁਹਾਡੇ ਬੰਦਿਆਂ ਨੇ ਮਾਰੀਆਂ ਨੇ। ਇੱਕ ਪੁੱਟਾ ਹੁੰਦਾ ਸੀ। ਉਹਨੇ ਹਿੰਦੁਸਤਾਨ ਤੋਂ ਤੁਹਾਡੇ ਜੰਗੀ ਕਹਿ ਦੀ ਛੁੜਾਏ। 6 ਸਾਲ ਬਾਅਦ ਤੁਸੀਂ ਪਹਿਲਾ ਛੱਡਿਆ। ਅੱਜਕੱਲ ਇੱਕ ਬਲਾਵਲ ਪਟਾਉਂਦਾ ਹੈ। ਉਹਦੇ ਕੋਲ ਲੋਕ ਫਰਿਆਦ ਲੈ ਕੇ ਜਾਂਦੇ ਨੇ ਵੀ ਸਾਡਾ ਬੰਦਾ ਚੁੱਕਿਆ ਗਿਆ। ਤੇ ਉਹ ਤੁਹਾਡੇ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਜਿਨ੍ਹਾਂ ਨੇ ਚੁੱਕਿਆ ਉਹਨਾਂ ਕੋਲ ਜਾ ਕੇ ਛੁਰਵਾ। ਸੱਤ ਸਾਲ ਤੱਕ ਫੌਜ ਸਾਨੂੰ ਇਹ ਦੱਸਦੀ ਰਹੀ ਵੀ ਪਾਕ ਫੌਜ ਕੋ ਸਲਾਮ ਤੇ ਅਸੀਂ ਕਰਦੇ ਰਹੇ। ਹੁਣਾਂ ਦੇ ਉਹ ਕਿ ਪਾਕਿਸਤਾਨੀਓ, ਹਿੰਦੁਸਤਾਨੀਆਂ ਵਰਗੇ ਬਣ ਜਾਓ। ਤੇ ਬੰਦਾ ਹੱਥ ਬੰਨ ਕੇ ਇਹ ਕਹਿ ਸਕਦਾ ਹੈ ਵੀ ਤੁਹਾਨੂੰ ਇਡੇ ਚੰਗੇ ਲੱਗਦੇ ਨੇ ਤੁਸੀਂ ਬਣ ਜਾਓ। ਅਸੀਂ ਪਾਕਿਸਤਾਨੀ ਠੀਕ ਆ ਸਾਨੂੰ ਇੱਕ ਬੜਾ ਖਾਬ ਹੋਰ ਇਹ ਵੀ ਬਖਾਇਆ ਗਿਆ ਸੀ ਵੀ ਇੱਕ ਦਿਨ ਦਿੱਲੀ ਦੇ ਲਾਲ ਕਿਲੇ ਤੇ ਅਸੀਂ ਚੰਨਾਗੜ੍ਹਣਾ ਉਹ ਤੇ ਨਾ ਹੋਇਆ ਬਾਈਵਾਸਾਬ ਸਾਡੇ ਪਿਆਰ ਤੇ ਸ਼ੱਕ ਨਾ ਕਰੋ ਅਸੀਂ ਟਰੱਕਾਂ ਦੇ ਪਿੱਛੇ ਜਰਨਲਾਂ ਦੀਆਂ ਫੋਟੋਆਂ ਲਵਾਉਣ ਵਾਲੇ ਲੋਕ ਆ ਇਹ ਸਾਡੇ ਪਿਆਰ ਤੇ ਯਕੀਨ ਨਹੀਂ ਤੇ ਤੁਹਾਡੀ ਵਰਦੀ ਤੇ ਹੁਣ ਲੈ ਹੀ ਗਈ ਏ ਇੱਕ ਦਿਨ ਬੋਸਕੀ ਦਾ ਸ਼ਲਵਾਰ ਕੁਰਤਾ ਪਾਓ ਆਪਣੇ ਗਾੜ ਘਰ ਛੱਡੋ ਤੇ ਲਾਹੌਰ ਦੀ ਅਨਾਰਕਲੀ ਦਾ ਇੱਕ ਚੱਕਰ ਲਾ ਲਓ ਇਹਨਾਂ ਪਿਆਰ ਮਿਲੇਗਾ ਕਿ ਸਾਰੇ ਪੁਰਾਣੇ ਪਿਆਰ ਭੁੱਲ ਜਾਓਗੇ ਰਬ ਲਾਗਾ